ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਮੇਰੇ ਨਵੇਂ ਵਲੋਗ ਵਿੱਚ। ਅਤੇ ਅੱਜ ਆਪਾਂ ਚੱਲੇ ਹਾਂ ਆਈਲੈਂਡ ਦੇਖਣ, ਸੈਂਟਰ ਆਈਲੈਂਡ ਹੋ ਗਿਆ ਜਿਵੇਂ। ਅਤੇ ਇੱਥੇ ਆਮ ਸ਼ਿਪਸ ਖੜ੍ਹੀਆਂ ਹੁੰਦੀਆਂ ਨੇ ਸੀ ਐਨ ਟਾਵਰ ਦੇ ਸਾਹਮਣੇ ਹੀ, ਅਤੇ ਇੱਥੇ ਵੱਡੀਆਂ ਸ਼ਿਪਸ ਹੁੰਦੀਆਂ ਨੇ, ਇੱਥੋਂ ਆਪਾਂ ਜਾ ਸਕਦੇ ਹਾਂ। ਅਤੇ ਇੱਧਰ ਮਤਲਬ ਕਿ ਸਾਹਮਣੇ ਹੀ ਆਈਲੈਂਡ ਬਣਿਆ ਹੋਇਆ, ਸੈਂਟਰ ਆਈਲੈਂਡ, ਵਾਟਸ ਆਈਲੈਂਡ, ਇਹ ਸਾਰੇ ਜੁੜੇ ਹੋਏ ਨੇ। ਅਤੇ ਮੈਂ ਤੁਹਾਨੂੰ ਦਿਖਾਉਂਦਾ ਜਹਾਜ਼, ਆ ਦੇਖਿਓ ਜਹਾਜ਼ ਜਿਹੜਾ, ਇਹਦੇ ਨਾਲ ਹੀ ਛੋਟਾ ਏਅਰਪੋਰਟ ਬਣਿਆ ਹੋਇਆ ਜਿਹੜਾ ਕਿ ਨੇੜੇ ਤੇੜੇ ਦੀ ਸਿਟੀਜ਼ 'ਚ ਜਿਹੜਾ ਜਾਂਦਾ, ਨੇੜੇ ਤੇੜੇ ਮਾਊਂਟੇਨ ਵਗੈਰਾ ਹੋ ਗਏ ਜਾਂ ਹੋਰ, ਤਾਂ ਇੱਥੋਂ ਆਪਾਂ ਜਾ ਸਕਦੇ ਹਾਂ। ਇਹ ਬਿਲਕੁਲ ਨਾਲ ਹੀ ਹੈ ਸਮੁੰਦਰ ਦੇ, ਸੋ ਇਹ ਦੇਖੋ ਬਿਲਕੁਲ ਥੱਲੇ ਪਾਣੀ ਦੇ ਕੋਲੋਂ ਲੰਘਦੇ ਹੋਏ ਨਾਲ ਲੈਂਡ ਕਰਦਾ ਇਹ ਆਪਣੇ ਏਅਰਪੋਰਟ 'ਤੇ। ਸੋ ਇਹ ਵੀ ਇੱਕ ਏਅਰਪੋਰਟ ਬਣਿਆ ਹੋਇਆ ਹੈ ਟੋਰਾਂਟੋ ਦੇ ਵਿੱਚ ਛੋਟਾ। ਸੋ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਅੱਗੇ ਆਈਲੈਂਡ ਵਾਸਤੇ ਆਪਾਂ ਹੁਣ ਜਾਂਦੇ ਹਾਂ, ਟਿਕਟਸ ਵਗੈਰਾ ਲਾਵਾਂਗੇ ਉੱਥੇ, ਅੱਗੇ ਫਿਰ ਆਪਾਂ ਬੋਟ ਦੀਆਂ ਅਤੇ ਆਪਾਂ ਆਈਲੈਂਡ ਜਾਵਾਂਗੇ। ਅਤੇ ਹਾਰਬਰ ਕੇਅਰ ਦੇ ਸਾਹਮਣੇ ਹੀ ਇੱਥੇ ਆ ਬਣਿਆ ਹੋਇਆ। ਸੋ ਇਹ ਥੱਲੇ ਹੈਗੀ ਪਾਰਕਿੰਗ, ਅਤੇ ਇਹਦੇ ਨਾਲ ਹੀ ਇੱਥੇ ਆਪਾਂ ਟਿਕਟ ਵਗੈਰਾ ਲੈ ਸਕਦੇ ਹਾਂ। ਅਤੇ ਮੈਂ ਅੱਗੇ ਤੁਹਾਨੂੰ ਦਿਖਾਉਂਦਾ ਵੀ ਆਪਣਾ ਟਿਕਟ ਪ੍ਰਾਈਜ਼ ਕੀ ਹੋਏਗਾ, ਫਿਰ ਆਪਾਂ ਸ਼ਿਪ 'ਤੇ ਆਈਲੈਂਡ ਜਾਵਾਂਗੇ। ਅਤੇ ਸਾਰਾ ਟੋਰਾਂਟੋ ਵੀ ਉੱਥੋਂ ਦੇਖਦਾ, ਡਾਊਨ ਟਾਊਨ ਏਰੀਆ। ਸੋ ਇਹ ਆ ਸਾਹਮਣੇ ਜੈਕ ਲੇਟਨ ਫੈਰੀ ਟਰਮੀਨਲ, ਇੱਥੋਂ ਆਪਾਂ ਸਾਰੀਆਂ ਟਿਕਟਸ ਵਗੈਰਾ ਆਪਾਂ ਖਰੀਦ ਸਕਦੇ ਹਾਂ। ਅਤੇ ਮੌਸਮ ਵੀ ਵਧੀਆ ਸੀਗਾ, ਅਤੇ ਹੁਣ ਆਪਾਂ ਇੱਥੋਂ ਲੈਂਦੇ ਹਾਂ ਟਿਕਟ, ਟਿਕਟਾਂ ਲੈ ਕੇ ਫਿਰ ਚੱਲਦੇ ਹਾਂ। ਮੈਂ ਦਿਖਾਉਂਦਾ ਤੁਹਾਨੂੰ ਇੱਥੇ ਟਿਕਟ ਦਾ ਪ੍ਰਾਈਜ਼ ਕੀ ਨੇ। ਸੋ ਕਾਫੀ ਜਣੇ ਨੇ ਲੋਕ ਜਾ ਰਹੇ ਨੇ ਉੱਥੇ ਪਿਕਨਿਕ ਮੰਗਾਉਣਾ, ਡੋਗਸ ਵਗੈਰਾ ਵੀ ਲੈ ਕੇ ਚੱਲਣੇ ਨੇ। ਸੋ ਇੱਥੇ ਇਹਨਾਂ ਨੇ ਪ੍ਰਾਈਜ਼ ਵਗੈਰਾ ਲਿਖੇ ਹੋਏ ਨੇ ਸਾਰੇ, ਵੀ ਕਿੰਨਾ ਪ੍ਰਾਈਜ਼ ਕਿਸ ਚੀਜ਼ ਦਾ, ਕਿੰਨਾ ਪ੍ਰਾਈਜ਼ ਹੈ। ਜਿਵੇਂ ਅਡਲਟ ਦੀ ਜਿਹੜੀ ਰਿਟਾਇਰਨ ਏਜ ਹੋਊਗੀ 20 ਤੋਂ 64 ਸਾਲ, ਉਹਦੀ $9 ਹੈ। ਸੀਨੀਅਰ ਦੀ 5 ਹੈ। ਐਵੇਂ ਅਲੱਗ ਅਲੱਗ ਇੱਥੇ ਲਿਖੇ ਹੋਏ, ਚਾਈਲਡ ਦੀ ਜਿਵੇਂ $4 ਹੈ। ਮੰਥਲੀ ਪਾਸ ਵੀ ਮਿਲ ਜਾਂਦਾ ਜੇ ਮੰਥਲੀ ਪਾਸ ਆਪਾਂ ਲੈਣਾ। ਸੋ ਇੱਥੋਂ ਆਪਾਂ ਟਿਕਟ ਲੈ ਲਵਾਂਗੇ, ਆਪਣੀ ਅਡਲਟ ਵਾਲੀ ਜਿਹੜੀ ਹੈਗੀ $9 ਦੀ ਲਗਭਗ ਪਊਗੀ। ਤੋ ਆਪਾਂ ਇੱਥੋਂ ਟਿਕਟ ਲਵਾਂਗੇ ਅਤੇ ਫਿਰ ਇੱਥੋਂ ਆਪਾਂ ਨੂੰ ਐਂਟਰੀ ਮਿਲ ਜਾਏਗੀ, ਅਤੇ ਆਪਾਂ ਅੱਗੇ ਫਿਰ ਖੜ੍ਹ ਜਾਵਾਂਗੇ, ਸ਼ਿਪ ਆਏਗੀ ਅਤੇ ਫਿਰ ਆਪਾਂ ਉਸ 'ਤੇ ਐਂਟਰ ਕਰ ਜਾਵਾਂਗੇ। ਸੋ ਆਪਾਂ ਨੂੰ ਮਿਲ ਚੁੱਕੀ ਇੱਥੋਂ ਟਿਕਟ। ਮੈਂ ਆਪਣੀ ਫੈਮਿਲੀ ਨਾਲ ਜਾ ਰਿਹਾ ਸੀਗਾ ਦੇਖਣ ਆਈਲੈਂਡ, ਅਤੇ ਇੱਥੇ ਸਾਹਮਣੇ ਆ ਇਹਦੇ ਆਈਲੈਂਡ ਫੈਰੀ ਡੋਕ, ਇੱਥੋਂ ਆਪਾਂ ਐਂਟਰ ਹੋ ਸਕਦੇ ਹਾਂ। ਸੈਂਟਰ ਆਈਲੈਂਡ ਤਾਂ ਬੰਦ ਸੀਗਾ, ਸੋ ਆਪਾਂ ਵਾਟਸ ਆਈਲੈਂਡ ਦੀ ਸਾਨੂੰ ਟਿਕਟ ਮਿਲੀ ਹੈ, ਕਿਉਂਕਿ ਸੈਂਟਰ ਆਈਲੈਂਡ ਸ਼ਿਪਸ ਵਗੈਰਾ ਨਹੀਂ ਜਾ ਰਹੀਆਂ ਸੀਗੀਆਂ। ਅਤੇ ਉਹਦੇ ਨਾਲ ਹੀ ਇੱਕ ਆਈਲੈਂਡ ਹੈ ਵਾਟਸ ਆਈਲੈਂਡ, ਅਤੇ ਉੱਥੇ ਆਪਾਂ ਜਾਵਾਂਗੇ, ਅਤੇ ਸ਼ਿਪਸ ਵਗੈਰਾ ਉੱਧਰ ਹੀ ਜਾ ਰਹੀਆਂ ਸੀਗੀਆਂ ਸਾਰੀਆਂ। ਸੋ ਇੱਥੇ ਟਿਕਟਸ 'ਤੇ ਤੁਸੀਂ ਦੇਖ ਸਕਦੇ ਹੋ, ਪੜ੍ਹ ਸਕਦੇ ਹੋ ਆਪਣੇ ਕਿੰਨੇ ਪ੍ਰਾਈਜ਼ ਸੀਗੇ। ਸਾਰੇ ਇੱਥੇ ਗੋਰੇ ਖੜ੍ਹੇ ਹੋਏ ਨੇ ਅੰਗਰੇਜ਼ ਜਾਣ ਵਾਸਤੇ, ਅਤੇ ਸਾਰੇ ਹੁਣ ਆਪਾਂ ਸਾਹਮਣੇ ਆਪਣਾ ਵਾਟਸ ਆਈਲੈਂਡ ਦੀ ਸ਼ਿਪ ਆ ਗਈ, ਉੱਪਰ ਲਿਖਿਆ ਵੀ ਹੋਇਆ ਵੀ ਇਹ ਵਾਟਸ ਆਈਲੈਂਡ ਨੂੰ ਜਾਏਗੀ। ਸੋ ਇਸ ਸ਼ਿਪ 'ਤੇ ਆਪਾਂ ਹੋ ਗਏ ਐਂਟਰ, ਪਹਿਲੀ ਵਾਰ ਮੈਂ ਸ਼ਿਪ 'ਤੇ ਚੜ੍ਹ ਰਿਹਾ ਸੀਗਾ, ਸੋ ਵੈਰੀ ਐਕਸਾਈਟਡ ਵੀ ਇਸ ਤੋਂ ਪਹਿਲਾਂ ਕਦੇ ਵੀ ਬੋਟਸ ਵਗੈਰਾ ਤਾਂ ਇਹਦੇ ਚੜ੍ਹੇ ਸੀਗੇ, ਜਿਵੇਂ ਆਪਣੇ ਇੱਥੇ ਲੇਕ ਹੈ ਚੰਡੀਗੜ੍ਹ, ਉੱਥੇ ਬੈਠੇ ਸੀਗੇ। ਬਟ ਐਵੇਂ ਵੱਡੀ ਸ਼ਿਪ 'ਚ ਆਪਾਂ ਕਦੇ ਵੀ ਸਫ਼ਰ ਨਹੀਂ ਕੀਤਾ, ਸੋ ਪਹਿਲੀ ਵਾਰ ਆਪਾਂ ਇਸ 'ਤੇ ਸਫ਼ਰ ਕਰਾਂਗੇ, ਦੇਖਦੇ ਹਾਂ ਕਿੱਦਾਂ ਦਾ ਰਹਿੰਦਾ।
ਸਾਹਮਣੇ ਡਾਊਨਟਾਊਨ ਏਰੀਆ ਟੋਰਾਂਟੋ ਦਾ, ਅਤੇ ਸ਼ਿਪ ਕਾਫੀ ਵੱਡੀ, ਆਪਾਂ ਇਹਦੇ 'ਤੇ ਬੈਠ ਸਕਦੇ ਹਾਂ ਜੇ ਮਰਜ਼ੀ, ਇੱਧਰ ਉੱਧਰ ਆਪਾਂ ਦੇਖ ਸਕਦੇ ਹਾਂ। ਅਤੇ ਟਾਇਰਾਂ ਦੇ ਨਾਲ ਇੱਥੇ ਇਹਨਾਂ ਨੇ ਬੰਨ ਜਿਹਾ ਬਣਾ ਕੇ ਰੱਖਿਆ ਹੋਇਆ, ਜਿਹਦੇ ਨਾਲ ਇਹ ਆਪਣੇ ਸਮੁੰਦਰ ਦੇ ਜਿਹੜਾ ਆਹ ਜਹਾਜ਼ ਹੈ ਇਹਨੂੰ ਰੋਕ ਕੇ ਰੱਖਦੇ ਨੇ ਸੰਗਲਾਂ ਨਾਲ, ਵੱਡੇ ਵੱਡੇ ਸੰਗਲ ਇਹਨਾਂ ਨੇ ਪਾਏ ਹੁੰਦੇ ਨੇ। ਸੋ ਆਪਾਂ ਹੁਣ ਬਣ ਗਏ ਜੈਕ ਸਪੈਰੋ, ਅਤੇ ਆਪਾਂ ਚੱਲਦੇ ਹਾਂ ਹੁਣ ਆਈਲੈਂਡ, ਅਤੇ ਸ਼ਿਪ ਹੋ ਗਈ ਸਟਾਰਟ, ਅਤੇ ਰਫਤਾਰ ਹੌਲੀ ਹੌਲੀ ਤੇਜ਼ ਹੋਊਗੀ ਜਿਵੇਂ ਜਿਵੇਂ ਅੱਗੇ ਵੱਧਦਾ ਰਹੂਗਾ, ਅਤੇ ਹੌਲੀ ਹੌਲੀ ਆਪਾਂ ਸ਼ਹਿਰ ਤੋਂ ਦੂਰ ਹੁੰਦੇ ਜਾਵਾਂਗੇ, ਅਤੇ ਫਿਰ ਆਪਾਂ ਆਈਲੈਂਡ ਪਹੁੰਚ ਜਾਵਾਂਗੇ। ਸ਼ਿਪ ਹੌਲੀ ਹੌਲੀ ਅੱਗੇ ਵੱਧਦਾ ਹੋਇਆ, ਸ਼ਿਪ 'ਤੇ ਕਾਫੀ ਲੋਕ ਸੀਗੇ, ਅੰਗਰੇਜ਼ ਵਗੈਰਾ ਜਾਂਦੇ ਉੱਥੇ ਪਿਕਨਿਕ ਮੰਗਾਉਣ ਜਾਂ ਹੋਰ ਟਾਈਮ ਸਪੈਂਡ ਕਰਨ। ਅਤੇ ਹਵਾ ਬਹੁਤ ਜ਼ਿਆਦਾ ਠੰਡੀ ਚੱਲ ਰਹੀ ਸੀ, ਬਹੁਤ ਹੀ ਜ਼ਿਆਦਾ ਠੰਡੇ, ਉੱਤੋਂ ਇੰਨੀ ਠੰਡੀ ਹਵਾ, ਠੰਡਾ ਪਾਣੀ, ਟੈਂਪਰੇਚਰ ਵੀ ਕਾਫੀ ਜ਼ਿਆਦਾ ਘੱਟ ਸੀਗਾ। ਅਤੇ ਸਾਹਮਣੇ ਟੋਰਾਂਟੋ ਸ਼ਹਿਰ ਹੈ, ਅਤੇ ਆਪਾਂ ਹੁਣ ਹੌਲੀ ਹੌਲੀ ਸ਼ਿਪ ਰਫਤਾਰ ਫੜਦਾ ਜਾਂਦਾ, ਅਤੇ ਹਵਾ ਇੰਨੀ ਜ਼ਿਆਦਾ ਪੈ ਰਹੀ ਸੀ ਨਾ ਮੇਰੇ ਨੱਕ 'ਤੇ ਗੱਲਾਂ 'ਤੇ, ਮੇਰੇ ਤਾਂ ਸੁੰਨ ਹੋ ਚੁੱਕੇ ਸੀਗੇ ਬਿਲਕੁਲ, ਇੰਨੀ ਜ਼ਿਆਦਾ ਠੰਡੀ ਹਵਾ ਸੀਗੀ। ਭਾਵੇਂ ਸੂਰਜ ਵੀ ਸੀਗਾ ਨਿਕਲਿਆ, ਉਸਦੇ ਬਾਵਜੂਦ ਵੀ ਕਾਫੀ ਜ਼ਿਆਦਾ ਠੰਡ ਸੀਗੀ, ਕਿਉਂਕਿ ਆਪਾਂ ਸਮੁੰਦਰ 'ਚ ਪਹੁੰਚ ਗਏ ਸੀਗੇ, ਅਤੇ ਆਈਲੈਂਡ 'ਤੇ ਵੀ ਕਾਫੀ ਜ਼ਿਆਦਾ ਠੰਡ ਹੋਏਗੀ। ਇਸ ਸ਼ਹਿਰ ਤੋਂ ਆਪਾਂ ਹੋ ਗਏ ਕਾਫੀ ਦੂਰ ਟੋਰਾਂਟੋ ਤੋਂ, ਅਤੇ ਇਹਦੇ ਸਾਹਮਣੇ ਫਿਰ ਵਾਰਡਸ ਆਈਲੈਂਡ ਹੈ, ਅਤੇ ਆਪਾਂ ਚੱਲਦੇ ਹਾਂ ਦੇਖਾਂਗੇ ਉੱਥੇ ਕੁਦਰਤ ਅਲੱਗ ਅਲੱਗ ਚੀਜ਼ਾਂ ਨੇ ਉੱਥੇ, ਉਹਦੀ ਕਾਇਨਾਤ ਨੂੰ ਨਿਹਾਰਾਂਗੇ। ਇਹ ਰੁੱਖ ਪੌਦੇ ਨੇ, ਹੋਰ ਜੀਵ ਜੰਤੂ, ਆਪਾਂ ਨੂੰ ਕਾਫੀ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਉੱਥੇ। ਸੋ ਆਪਾਂ ਪਹੁੰਚ ਗਏ ਵਾਰਡਸ ਆਈਲੈਂਡ, ਅਤੇ ਆਪਾਂ ਉਤਰਦੇ ਹੁਣ ਹੌਲੀ ਹੌਲੀ ਕਰਕੇ ਪੌੜੀਆਂ ਤੋਂ, ਨੀਚਲੇ ਡੈੱਕ 'ਤੇ ਆਪਾਂ ਆ ਜਾਵਾਂਗੇ। ਇਹ ਆਪਾਂ ਇੱਥੋਂ ਐਗਜ਼ਿਟ ਹੋ ਗਏ ਸੀ ਅਤੇ ਐਂਟਰ ਹੋ ਗਏ ਵਾਰਡਸ ਆਈਲੈਂਡ। ਅਤੇ ਸ਼ਿਪਸ ਵੀ ਇੱਦਾਂ ਬਣੀਆਂ ਹੁੰਦੀਆਂ ਨੇ ਕਿ ਵੀ ਬੰਦਾ ਸਿੱਧਾ ਉੱਥੇ ਆਰਾਮ ਨਾਲ ਸੜਕ ਦੇ ਨਾਲ ਲੱਗ ਜਾਂਦੀ ਉਹ, ਈਜ਼ੀਲੀ ਉੱਤਰ ਜਾਂਦਾ। ਸੋ ਇਹ ਸਾਰੇ ਟੂਰਿਸਟ ਇੱਥੇ ਆਏ ਹੋਏ ਨੇ ਵਾਰਡਸ ਆਈਲੈਂਡ 'ਤੇ, ਅਤੇ ਜਿਨ੍ਹਾਂ ਜਾਣਾ ਹੁੰਦਾ ਇਸੇ ਸ਼ਿਪ ਤੋਂ ਉਹ ਵਾਪਸ ਚਲੇ ਜਾਣਗੇ। ਆਖਰੀ ਸ਼ਿਪ ਲਗਭਗ ਰਾਤ ਨੂੰ 9:10 ਦੇ ਕਰੀਬ ਵਾਪਸ ਜਾਂਦੀ ਹੋਏਗੀ ਆਈ ਥਿੰਕ, ਮੈਨੂੰ ਜਿੱਥੇ ਤੱਕ ਲੱਗਦਾ। ਸੋ ਆਪਾਂ ਉਸ ਤੋਂ ਪਹਿਲੇ ਚਲਾਂਗੇ। ਇਹ ਸਾਰਾ ਮੈਪ ਹੈ ਜਿਹੜਾ ਕਿ ਟੋਰਾਂਟੋ ਆਈਲੈਂਡ ਦਾ, ਜਿੰਨਾ ਵੀ ਮੈਪ ਹੈ ਇਹ ਸਾਰਾ ਮੈਪ ਇੱਥੇ ਹੈਗਾ, ਸੋ ਆਪਾਂ ਦੇਖ ਸਕਦੇ ਹਾਂ। ਸੋ ਇਸ ਮੈਪ 'ਤੇ ਦਿੱਤਾ ਹੈ ਸਾਰਾ ਕੁਛ, ਇਸ ਆਈਲੈਂਡ ਦਾ ਸਾਰਾ ਵਿਊ ਹੈ ਜਿੰਨਾ ਵੀ ਹੈ ਇਸ 'ਤੇ, ਜਿਵੇਂ ਸੈਂਟਰ ਆਈਲੈਂਡ ਸਾਈਡ ਹੋ ਕੇ ਇਹ ਬੰਦ ਕਰ ਦਿੰਦੇ ਨੇ ਵਿੰਟਰ 'ਚ ਇੱਧਰ ਜਾਣਾ ਆਪਾਂ। ਹੁਣ ਜੇ ਆਪਾਂ ਵਾਟਸ ਆਈਲੈਂਡ ਦੇ ਥਰੂ ਉੱਥੇ ਜ਼ਰੂਰ ਜਾ ਸਕਦੇ ਹਾਂ, ਵੀ ਉੱਪਰੋਂ ਦੀ ਤੁਰਦੇ ਤੁਰਦੇ ਆਪਾਂ ਜਿੱਥੇ। ਇਸ ਤੋਂ ਬਾਅਦ ਆਪਾਂ ਹੋ ਗਏ ਸੀਗੇ ਆਈਲੈਂਡ 'ਚ ਐਂਟਰ, ਅਤੇ ਵਿਊ ਦੇਖੋ ਅਤੇ ਕਿੰਨੀ ਗ੍ਰੀਨਰੀ ਹੈ, ਅਤੇ ਕਿੰਨੇ ਪੇੜ ਪੌਦੇ ਕਿੰਨੇ ਸੋਹਣੇ ਲੱਗ ਰਹੇ ਨੇ। ਇੱਥੇ ਲੋਕ ਰਹਿੰਦੇ ਵੀ ਨੇ, ਘਰਾਂ 'ਚ ਘਰ ਬਣੇ ਹੋਏ ਨੇ, ਅਤੇ ਸਾਨੂੰ ਰਸਤੇ 'ਚ ਆਹ ਕੈਟ ਮਿਲ ਗਈ ਸੀਗੀ, ਕਾਫੀ ਪਿਆਰੀ ਸੀਗੀ, ਇਹ ਭੱਜਦੀ ਵੀ ਨਹੀਂ ਸੀ, ਦੇਖ ਕੇ ਆਰਾਮ ਨਾਲ ਬੈਠੀ ਰਹਿੰਦੀ ਸੀ। ਅਤੇ ਸਾਹਮਣੇ ਹੈਗਾ ਸੈਂਟਰ ਆਈਲੈਂਡ ਦਾ ਰਸਤਾ, ਇੱਧਰ ਨੂੰ ਜਾਂਦਾ ਵਾਸ਼ਰੂਮ ਇੱਧਰ ਨੇ ਲੈਫਟ ਸਾਈਡ 'ਤੇ, ਔਰ ਸਾਹਮਣੇ ਆਪਾਂ ਇੱਥੇ ਜੇਕਰ ਕਿਸੇ ਨੂੰ ਵਾਸ਼ਰੂਮ ਦੀ ਹੁੰਦਾ ਤਾਂ ਵਾਸ਼ਰੂਮ ਜਾ ਸਕਦਾ। ਅਤੇ ਇਸ ਤੋਂ ਬਾਅਦ ਇੱਧਰ ਰਾਈਟ ਸਾਈਡ ਦੇ ਕੋਲ ਕੋਲ ਬੀਚ ਦੇ ਰਸਤਾ ਜਾਂਦਾ ਫਿਰ ਅੱਗੇ, ਪੱਤੇ ਡਿੱਗੇ ਨੇ ਪਿੱਪਲ ਦੇ ਪੱਤਿਆਂ ਵਰਗੇ ਲੱਗੀ ਜਾਂਦੇ ਨੇ, ਪਰ ਪਤਾ ਨਹੀਂ ਪਿੱਪਲ ਦੇ ਪੱਤੇ ਨੇ ਕਿ ਹੋਰ ਇਹਨਾਂ ਦੇ ਐਵੇਂ ਆ ਦਰਖਤੇ ਵਾਲਾ। ਕੀ ਪਤਾ ਵਰਾਇਟੀ 'ਚ ਫਰਕ ਹੋਵੇ, ਪਰ
ਲੱਗਦਾ ਵੀ ਪਿੱਪਲ ਵਰਗਾ ਪੱਤਾ ਇਹ, ਬਟ ਦੇਖੋ ਸ਼ਾਇਦ ਕੋਈ ਹੋਰ ਉਹਦੀ ਵਰਾਇਟੀ ਹੋ ਸਕਦੀ ਪਿੱਪਲ ਦੀ। ਸਟੈਮ ਵੀ ਇਹਦੀ ਕਾਫੀ ਮਤਲਬ ਕਿ ਰਫ ਜੀ ਹੈ ਕਾਫੀ ਜ਼ਿਆਦਾ। ਇੱਥੇ ਆਲੇ ਦੁਆਲੇ ਘਰ ਵੀ ਬਣੇ ਹੋਏ ਨੇ, ਇੱਥੇ ਲੋਕ ਰਹਿੰਦੇ ਨੇ। ਸੋ ਆ ਕੈਟ ਫਿਰ ਆਪਣੇ ਸਾਹਮਣੇ ਆ ਗਈ ਸੀ, ਉੱਥੋਂ ਘੁੰਮਦੀ ਫਿਰਦੀ ਵੀ ਨਾਲ ਚੱਲੀ ਜਾਂਦੀ ਸੀ। ਅਤੇ ਘਰਾਂ 'ਚ ਲੋਕ ਜਿਵੇਂ ਮੈਂ ਕਿਹਾ ਰਹਿੰਦੇ ਨੇ, ਅਤੇ ਕਿ ਟੋਰਾਂਟੋ ਤੋਂ ਜਾਂ ਕੋਈ ਰੈਂਟ 'ਤੇ ਜਾ ਕੇ ਰਹਿੰਦੇ ਨੇ ਅਤੇ ਜਾਂ ਆਈਲੈਂਡ 'ਤੇ ਵੀ ਰਹਿੰਦੇ ਨੇ। ਸੋ ਇਹ ਨਾਲ ਨਾਲ ਰਸਤੇ ਜਾਂਦੇ ਇੱਥੇ। ਵੈਸੇ ਸਾਈਕਲਿੰਗ ਅਲਾਊਡ ਨਹੀਂ ਹੈਗੀ, ਬਾਈਸਾਈਕਲ ਵਗੈਰਾ ਲੈ ਜਾਣਾ, ਪਰ ਫਿਰ ਵੀ ਲੋਕ ਲੈ ਆਉਂਦੇ ਨੇ ਕਈ ਇਸ ਟਰੈਕ 'ਤੇ ਚਲਾਉਣ ਵਾਸਤੇ। ਇਹ ਨਾਲ ਇੱਧਰ ਸਮੁੰਦਰ ਹੈ, ਅਤੇ ਨਾਲ ਨਾਲ ਕਾਫੀ ਲੰਬਾ ਰਸਤਾ ਹੈ, ਲਗਭਗ 3-4 ਕਿਲੋਮੀਟਰ ਸ਼ਾਇਦ ਇਸ ਤੋਂ ਵੀ ਜ਼ਿਆਦਾ ਹੋ ਸਕਦਾ। ਅਸੀਂ ਤੁਰਦੇ ਹੋਏ ਉਸ ਐਂਡ ਤੱਕ ਗਏ ਸੀਗੇ, ਅਤੇ ਕਾਫੀ ਲੰਬਾ ਸੀਗਾ ਇਹ ਰਸਤਾ, ਜੋ ਲੱਕੜ ਦਾ ਬਣਿਆ ਹੋਇਆ, ਅਤੇ ਲੱਕੜ ਵੀ ਕਾਫੀ ਮਜ਼ਬੂਤ ਹੈ ਇਹ, ਅਤੇ ਇਹਦੇ ਨਾਲ ਛੱਲਾਂ ਕੇ ਪੈਂਦੀਆਂ ਸੀਗੀਆਂ। ਅਤੇ ਮੌਸਮ ਵਧੀਆ ਹੋਣ ਕਰਕੇ ਘੁੰਮਣ ਦਾ ਨਜ਼ਾਰਾ ਕਾਫੀ ਵਧੀਆ ਆਇਆ, ਅਤੇ ਠੰਡ ਵੀ ਕਾਫੀ ਜ਼ਿਆਦਾ ਸੀਗੀ ਧੁੱਪ ਦੇ ਬਾਵਜੂਦ। ਵੱਡਾ ਆਈਲੈਂਡ ਯਾਰ, ਕਾਫੀ ਜ਼ਿਆਦਾ ਵੱਡਾ। ਸਾਹਮਣੇ ਕੀ ਬਗਲੇ ਜਾਣਗੇ ਨੇ, ਉਹ ਜਿਹੜਾ ਲਾਲ ਦਰਖਤ ਨਾ ਵਿੱਚ, ਉਹ ਮੈਪਲ ਟ੍ਰੀ, ਕਨੇਡਾ ਦੇ ਝੰਡੇ ਦੇ ਸਾਈਡ ਹੁੰਦੇ, ਜਿਹੜਾ ਪੱਤਾ ਲੱਗਾ ਹੁੰਦਾ ਰੈਡ, ਉਹੀ ਇਹ। ਬਾਕੀ ਇੱਥੇ ਤੁਰਨਾ ਬਹੁਤ ਜ਼ਿਆਦਾ ਪੈਂਦਾ, ਆਈਲੈਂਡ ਹੈ ਹੀ ਕਾਫੀ ਵੱਡਾ। ਜਾਂ ਤਾਂ ਬੰਦਾ ਸਾਈਕਲ ਵਗੈਰਾ ਕਰ ਲਏ ਤਾਂ ਸਹੀ ਰਹਿੰਦਾ, ਸਾਈਕਲ ਵਗੈਰਾ ਹੁੰਦੇ ਨੇ ਉਹ ਬੰਦਾ ਕਰ ਲਏ ਅਤੇ ਫਿਰ ਵਧੀਆ ਘੁੰਮਿਆ ਜਾ ਸਕਦਾ, ਭਾਵੇਂ ਹੋਲਡ ਹੀ ਪਾ ਸਕਦਾ ਸਾਈਕਲ ਦਾ। ਅਤੇ ਨਾਲ ਵਧੀਆ ਘੁੰਮਿਆ ਜਾ ਸਕਦਾ, ਨਹੀਂ ਤਾਂ ਕਈ ਕਈ ਕਿਲੋਮੀਟਰ ਤੁਰਨਾ ਪੈਂਦਾ, ਕਾਫੀ ਜ਼ਿਆਦਾ ਤੁਰਨਾ ਪੈਂਦਾ। ਚੱਲ ਰੁੱਖ ਟੀਕ ਦੀ ਵਰਾਇਟੀ 'ਚੋਂ ਲੱਗਦਾ। ਹਿਮਾਚਲ ਜਦੋਂ ਗਏ ਸੀ ਨਾ ਤਾਂ ਉੱਥੇ ਵੀ ਸੀਗੇ ਇੱਦਾਂ ਦੇ ਟ੍ਰੀਸ, ਬਟ ਉਹ ਲੰਬਾਈ 'ਚ ਕਾਫੀ ਲੰਬੇ ਹੁੰਦੇ ਨੇ, ਬਟ ਇਹ ਥੋੜ੍ਹੇ ਸਾਈਜ਼ ਇਹਨਾਂ ਦਾ ਸਮਾਲ ਹੀ ਹੈ, ਬਟ ਲੰਬਾਈ 'ਚ ਨਹੀਂ ਹੈਗੇ, ਚੜ੍ਹਾਈ 'ਚ ਜ਼ਿਆਦਾ ਨੇ। ਇੱਥੇ ਆ ਗਏ ਬਾਈਸਾਈਕਲ ਰੈਂਟਲ, ਬਾਈਸਾਈਕਲ ਵਗੈਰਾ ਰੈਂਟ ਲੈ ਸਕਦੇ ਹਾਂ, ਬਟ ਇਹਨਾਂ ਦਾ ਬੰਦ ਪਿਆ ਹੋਇਆ, ਕਲੋਜ਼ਡ ਸੀਜ਼ਨ ਕਰਕੇ ਬੰਦ ਹੋਇਆ ਪਿਆ ਲਿਖਿਆ ਇਹਨਾਂ ਨੇ। ਦੇਖੀ ਆਪਾਂ ਕਿੱਥੇ ਜਾ ਕੇ ਹਾਂ, ਕਾਫੀ ਤੁਰ ਤੁਰ ਕੇ ਇੱਥੋਂ ਸੀਗੇ ਨਿਕਲੇ ਵਾਰਡਸ ਆਈਲੈਂਡ ਤੋਂ, ਫਿਰ ਅਸੀਂ ਵਿੱਚੋਂ ਇੱਧਰ ਗਏ ਸੀਗੇ। ਦੁਬਾਰਾ ਪੱਟੜੀ ਤੋਂ ਚੱਲਦੇ 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 ਕਾਫੀ ਲੰਬਾ ਸਾਂ, ਫਿਰ ਇੱਥੇ ਹੁਣ ਪਹੁੰਚਿਆ ਰੈਂਟਲ ਦੀ, ਜਿੱਥੇ ਰੈਂਟਲ ਏ ਇੱਦੂ ਲਾ ਹੁਣ ਅਸੀਂ 17 ਨੰਬਰ 'ਤੇ ਜਾਣਾ ਦੇਖਣ ਵਾਸਤੇ ਬੀਚ ਨੂੰ ਚੰਗੀ ਤਰ੍ਹਾਂ। ਅਤੇ ਚਲੇਜ਼ਾ ਬੀਚ ਟੋਰਾਂਟੋ ਆਈਲੈਂਡ ਪਾਰਕ ਹੈ, ਉਹ ਤੋਂ ਬਾਅਦ ਵਿੱਚੋਂ ਦੀ ਹੁੰਦੀ ਹੋਈ ਵਾਪਸ ਇੱਧਰੋਂ ਫਿਰ, ਕਿਉਂਕਿ ਸਾਡੀ ਵਾਪਸੀ ਵਾਰਡ ਆਈਲੈਂਡ ਤੋਂ ਹੋਈ, ਕਿਉਂਕਿ ਇਹ ਬੰਦ ਕੀਤਾ ਇਹਨਾਂ ਨੇ ਸੈਂਟਰ ਆਈਲੈਂਡ, ਇੱਥੋਂ ਵੀ ਵਾਪਸ ਨਹੀਂ ਆਪਾਂ ਜਾ ਸਕਦੇ ਹੈਗੇ, ਨਹੀਂ ਤਾਂ ਆਪਾਂ ਇੱਥੋਂ ਸਿੱਧਾ ਆ ਕੇ ਇੱਧਰੋਂ ਆਪਾਂ ਚੜ੍ਹ ਕੇ ਚਲੇ ਜਾਣਾ ਸੀਗਾ। ਸੋ ਹੁਣ ਆਪਾਂ ਇੱਧਰ ਆ ਰਹੇ ਹਾਂ, ਇੱਥੋਂ ਫਲਾਈ ਓਵਰ ਜਾਂ ਬਣਾ ਰੱਖਿਆ ਵੀ ਉੱਪਰੋਂ ਦੀ ਬੀਚ ਵਾਸਤੇ ਆਪਾਂ ਸਮੁੰਦਰ ਦੇਖ ਸਕਦੇ ਹਾਂ। ਸੋ ਬਹੁਤ ਘੱਟ ਨੇ ਕਿ ਬਹੁਤ ਹੀ ਜ਼ਿਆਦਾ ਘੱਟ ਬੰਦੇ ਆਏ ਨੇ, ਕਿਉਂਕਿ ਸੀਜ਼ਨ ਹੈਗਾ ਠੰਡ ਦਾ, ਅਤੇ ਲੋਕ ਆਉਂਦੇ ਨਹੀਂ ਹੈਗੇ, ਗਰਮੀਆਂ 'ਚ ਆਉਂਦੇ ਨੇ ਕੈਨੇਡਾ ਘੁੰਮਣ।
ਤੇ ਆਪਾਂ ਇਸ ਟਾਈਮ ਆਏ ਹਾਂ, ਕੋਈ ਵੀ ਨਹੀਂ ਆ ਰਿਹਾ ਇੱਥੇ, ਕੋਈ ਵੀ ਨਹੀਂ ਹੈਗਾ। ਇੱਕ ਅੱਧਾ ਬੰਦਾ ਰਹਿਦਾ ਹੋਊਗਾ ਆਉਂਦਾ ਜਾਂਦਾ, ਕੋਈ ਕੋਈ ਬੋਟ ਚੱਲਦੀ ਹੈ ਨਹੀਂ, ਉਹ ਸਾਰਾ ਕੁਛ ਬੰਦ ਹੈ, ਖਾਣ ਪੀਣ ਵਾਲੇ ਬੰਦ ਹੈ ਅਤੇ ਹੋਰ ਵੀ ਕਾਫੀ ਚੀਜ਼ਾਂ। ਇੱਥੇ ਤਾਂ ਬਾਈਕ ਵਗੈਰਾ ਰੈਂਟ ਮਿਲ ਜਾਂਦੀ ਤਾਂ ਲੋਕਾਂ ਨੇ, ਇੱਥੇ ਗੰਦ ਪਾ ਰੱਖਿਆ ਹੁੰਦਾ, ਗਰਮੀਆਂ ਦੇ ਟਾਈਮ ਦਾ ਜਗ੍ਹਾ ਹੀ ਨਹੀਂ ਹੁੰਦੀ ਇੱਥੇ ਖੜ੍ਹਨ ਨੂੰ। ਦੇਖਦੇ ਹਾਂ ਅੱਗੇ ਜਾ ਕੇ ਕੀ ਹੈ। ਪੱਥਰ ਦੇ ਵਿੱਚ ਵਿਛਾ ਰੱਖਣਾ ਆਪਣੀ ਕਾਹਦੇ ਵਾਸਤੇ, ਪਾਣੀ ਰੋਕਣ ਵਾਸਤੇ। ਹਾਂ ਜਦੋਂ ਪਾਣੀ ਰੋਕੇ ਤੇ ਇੱਧਰਲੇ ਪਾਸੇ ਘੱਟ ਜਾਂ ਸੈਂਟਰ ਆਈਲੈਂਡ ਪਾਇਰ। ਸੋ ਇੱਥੇ ਵੇਖ ਕੇ ਆਪਾਂ ਵਿਊ ਲੈ ਸਕਦੇ ਹਾਂ ਸਾਰੇ ਸਮੁੰਦਰ ਦਾ। ਸਾਹਮਣੇ ਵਾਲਾ ਇਹ ਡਾਇਰੈਕਸ਼ਨ ਵਾਲਾ ਲੱਗਾ ਹੈ ਹੈਲੀਫੈਕਸ, ਹੈਲੀਫੈਕਸ ਕੋਈ ਸ਼ਹਿਰ ਹੈ, ਉਹ ਇੱਥੋਂ ਮਤਲਬ ਕਿ 1269 ਕਿਲੋਮੀਟਰ ਹੈ ਉਹ ਵਾਲਾ ਸ਼ਹਿਰ ਇਸ ਡਾਇਰੈਕਸ਼ਨ 'ਚ। ਉਹਦੇ ਨਾਲ ਇੱਧਰ ਹੋਰ ਵੀ ਜਿਵੇਂ ਨਿਆਗਰਾ ਫਾਲਸ 65 ਕਿਲੋਮੀਟਰ ਲਿਖਿਆ ਹੋਇਆ, ਅਤੇ ਉਹ ਸਾਈਡ ਨੂੰ ਨੌਰਥ ਪੋਲ ਹੈ ਉਹ 4521 ਕਿਲੋਮੀਟਰ ਹੈ। ਅਤੇ ਇੱਧਰ ਪਤਾ ਨਹੀਂ ਕੁਛ ਲਿਖਿਆ ਹੋਣਾ, ਇੱਥੇ ਸਟਿੱਕਰ ਲਾ ਰੱਖੇ ਨੇ ਲੋਕਾਂ ਨੇ, ਅਤੇ ਇਹਦਾ ਪਤਾ ਨਹੀਂ ਲੱਗ ਰਿਹਾ ਵੀ ਇਹ ਕਿਹੜਾ ਸੀਗਾ। ਇੱਧਰ ਹੈਗਾ 8 ਹੋਟਲ ਹੈ 6 ਕਿਲੋਮੀਟਰ ਇੱਧਰਲੀ ਸਾਈਡ ਨੂੰ ਸ਼ਹਿਰ ਵੱਲ ਨੂੰ, ਟੋਰਾਂਟੋ ਵੱਲ ਨੂੰ। ਅਤੇ ਨਿਊਯੋਰਕ ਸਿਟੀ ਹੈ ਇਹ, ਜਿਹੜੀ ਲੇਕ ਏ ਸਮੁੰਦਰ ਪਾਰ ਕਰਕੇ ਉੱਪਰਲੀ ਸਾਈਡ USA ਨੂੰ ਜਾਂਦਾ। ਅਤੇ ਇੱਕ ਇਹ ਦੂਰਬੀਨਾਂ ਵਗੈਰਾ ਲੱਗੀਆਂ ਨੇ, ਇਹ ਤਾਂ ਆਪਾਂ ਦੇਖ ਸਕਦੇ ਹਾਂ ਮਤਲਬ ਕਿ ਕੋਈ ਵੀ ਵਿਊ ਵਗੈਰਾ ਆਪਾਂ ਇੱਥੇ ਸਮੁੰਦਰ ਦਾ ਦੇਖ ਸਕਦੇ ਹਾਂ, ਕੋਈ ਸ਼ਿਪ ਨੂੰ ਦੇਖ ਸਕਦੇ ਹਾਂ। ਅਤੇ ਇਹਦੇ 'ਚ $1 ਪਾਉਣਾ ਪੈਂਦਾ ਤਾਂ ਚੱਲਦੀ ਹੈ, ਅਦਰਵਾਈਜ਼ ਆਪਾਂ ਨਹੀਂ ਵੇਖ ਸਕਦੇ, ਇਹਦੇ ਵਿੱਚੋਂ ਕੁਛ ਨਹੀਂ ਦਿਖਾਈ ਦੇਊਗਾ। ਇਹਦੇ 'ਚ $1 ਪਾਵਾਂਗੇ ਫਿਰ ਇਹ ਚੱਲੇਗਾ, ਅਤੇ ਫਿਰ ਆਪਾਂ ਇਹਦੇ 'ਚੋਂ ਦੇਖ ਸਕਦੇ ਹਾਂ। ਅਤੇ ਇਹ ਲਗਭਗ 10x ਇਹਦਾ ਵਿਊ ਹੈ, 10 ਗੁਣਾ ਵੱਧ ਆਪਾਂ ਇਹ 'ਚੋਂ ਦੇਖ ਸਕਦੇ ਹਾਂ, ਜਿੰਨੀ ਆਪਣੀ ਨਜ਼ਰ ਹੁੰਦੀ ਹੈ ਉਨਾ ਆਪਾਂ ਜ਼ੂਮ ਕਰਕੇ। ਬਰਾਬਰ ਕੋਈ ਜੇਕਰ ਪ੍ਰੋਬਲਮ ਆਉਂਦੀ, ਐਮਰਜੈਂਸੀ ਆਉਂਦੀ ਤਾਂ ਆਪਾਂ 911 'ਤੇ ਇੱਥੋਂ ਆਪਾਂ ਕਾਲ ਕਰ ਸਕਦੇ ਹਾਂ, ਕੋਈ ਲਾਈਫ ਸੇਵਿੰਗ ਇਕੁਪਮੈਂਟ ਚਾਹੀਦਾ ਆਪਾਂ ਨੂੰ, ਅਤੇ ਐਮਰਜੈਂਸੀ ਆਪਾਂ ਨੂੰ ਕੋਈ ਲੋੜ ਪੈ ਜਾਂਦੀ ਹੈ ਤਾਂ ਬੇਸ 'ਤੇ ਕਾਲ ਕਰਕੇ ਆਪਾਂ ਹੈਲਪ ਲੈ ਸਕਦੇ ਹਾਂ। ਇੱਥੇ ਉਸ ਤੋਂ ਬਾਅਦ ਦੇਖਦੇ ਹਾਂ ਅੱਗੇ, ਇਹ ਵਧੀਆ ਵਿਊ ਦੇਖਣ ਨੂੰ ਬਣਿਆ ਇੱਥੇ, ਇੱਥੋਂ ਸੀਐਨ ਟਾਵਰ ਸਾਹਮਣੇ ਦੇਖ ਰਿਹਾ, ਅਤੇ ਅਸੀਂ ਉੱਥੋਂ ਚੱਲ ਕੇ ਆਏ, ਕਾਫੀ ਦੂਰ ਸੀਗਾ ਉਹ, ਉੱਥੋਂ ਹੀ ਚੱਲ ਕੇ ਆਏ। ਅਤੇ ਸਮੁੰਦਰ ਵੇਖੋ ਕਿਵੇਂ ਛੱਲਾਂ ਦਿਖਾਈ ਦਿੰਦੀਆਂ ਨੇ। ਸੋ ਜਿਹੜਾ ਇਹ ਬਣਿਆ ਨਾ, ਇਹ ਵੀ ਕਾਫੀ ਵਧੀਆ, ਇੱਥੇ ਖੜ੍ਹ ਕੇ ਆਪਾਂ ਇੰਜੋਏ ਕਰ ਸਕਦੇ ਹਾਂ ਵਿਊ ਨੂੰ। ਹਵਾ ਬਹੁਤ ਜ਼ਿਆਦਾ ਚੱਲ ਰਹੀ, ਬਹੁਤ ਜ਼ਿਆਦਾ ਹਵਾ ਚੱਲ ਰਹੀ ਸੀ। ਇੱਥੇ ਬੈਠ ਨੂੰ ਸੀਟ ਵਗੈਰਾ ਲੱਗੀ ਹੋਈ, ਆਪਾਂ ਇੱਥੇ ਬੈਠ ਸਕਦੇ ਹਾਂ, ਅਤੇ ਕਾਫੀ ਵਧੀਆ ਇਨਵਾਇਰਮੈਂਟ ਸੀਗਾ ਇੱਥੋਂ ਦਾ। ਅਤੇ ਜਿਵੇਂ ਆਲੇ ਦੁਆਲੇ ਇਹਨਾਂ ਦੇ ਰੀਲਸ ਲੱਗੀਆਂ ਹੋਈਆਂ ਅਤੇ ਫੱਟੇ ਲੱਗੇ ਹੋਏ ਨੇ, ਲੋਕ ਇੱਥੇ ਵੀ ਗੰਦ ਪਾਉਣ ਨਹੀਂ ਹਟਦੇ ਹੈਗੇ। ਜਾਂ ਕੁਛ ਇਸ ਪੰਜਾਬੀ ਆਉਂਦੇ ਨੇ, ਕੁਛ ਗੋਰੇ, ਸਾਰੇ ਇੱਕੋ ਕੈਟਗਰੀ ਦੇ ਨੇ, ਗੰਦ ਪਾਉਣ 'ਚ ਸਾਰੇ ਅੱਗੇ ਹੀ ਨੇ। ਸੋ ਪਬਲਿਕ ਪ੍ਰੋਪਰਟੀ ਹੁੰਦੀ ਹੈ, ਉੱਥੇ ਗੰਦ ਨਹੀਂ ਪਾਉਣਾ ਚਾਹੀਦਾ, ਬਟ ਫਿਰ ਵੀ ਲੋਕ ਨਹੀਂ ਹਟਦੇ ਹੈਗੇ। ਸਾਰੀਆਂ ਭਰ ਰੱਖੀਆਂ ਨੂੰ, ਕਿਤੇ ਨਾਮ ਲਿਖਿਆ, ਕਿਤੇ ਕੀ ਲਿਖਿਆ, ਪਤਾ ਨਹੀਂ ਵਿਹਲੇ ਇਸੇ ਕੰਮ ਲਈ ਆਉਂਦੇ ਨੇ। ਸੋ ਪਬਲਿਕ ਪ੍ਰੋਪਰਟੀ ਨੂੰ ਸਾਂਭ ਕੇ ਰੱਖਣਾ ਚਾਹੀਦਾ ਕੋਈ ਵੀ ਹੈ। ਸੋ ਇੱਥੋਂ ਕਾਫੀ ਦੂਰੋਂ ਅਸੀਂ ਚੱਲ ਕੇ ਆਏ ਹਾਂ, ਅਤੇ ਉਹ ਸੀਗਾ ਜਿਹੜਾ ਉੱਧਰਲੀ ਸਾਈਡ ਸੀਗਾ, ਲਗਭਗ 3 ਕਿਲੋਮੀਟਰ ਪੈ ਜਾਂਦਾ, ਉੱਥੋਂ ਅਸੀਂ ਤੁਰਦੇ ਤੁਰਦੇ ਉਸ ਤੱਕ ਪਹੁੰਚੇ ਸੀਗੇ, ਸਾਹ ਚੜ੍ਹ ਗਏ ਸੀਗੇ ਸਾਨੂੰ ਆਉਂਦੇ ਆਉਂਦੇ।
ਮੈਂ ਦਿਖਾਉਣਾ ਤੁਹਾਨੂੰ ਹੁਣ ਜ਼ੂਮ ਕਰਕੇ, ਇੱਥੇ ਸੀਗੇ ਸੀ ਜਿਹੜਾ ਪਹਿਲਾਂ ਫੱਟੇ 'ਤੇ ਉਦੋਂ ਚੜ੍ਹੇ ਸੀਗੇ, ਉਹ ਫੱਟਣ ਨਾਲ ਨਾਲ ਇੱਧਰੋਂ ਇਹਦੇ ਨਾਲ ਨਾਲ ਆਉਂਦਾ, ਲਗਭਗ 3 ਜਾਂ 4 ਕਿਲੋਮੀਟਰ ਦਾ ਸਫ਼ਰ ਹੋਣਾ ਸੀ ਤੁਰ ਕੇ ਕੀਤਾ ਸੀਗਾ, ਅਤੇ ਨਾਲ ਨਾਲ ਸਮੁੰਦਰ ਦੇ ਉਹ ਰਸਤਾ ਹੁੰਦਾ, ਇੱਥੋਂ ਜਹਾਜ਼ ਵੀ ਨੋਰਮਲੀ ਆਪਾਂ ਨੂੰ ਉੱਡਦੇ ਦਿਖਾਈ ਦੇ ਦੇਣਗੇ ਵੀ ਨਾਲ ਹੀ ਏਅਰਪੋਰਟ ਹੈ, ਅਤੇ ਇੱਥੋਂ ਆਪਾਂ ਨੂੰ ਜਹਾਜ਼ ਵਗੈਰਾ ਨੋਰਮਲੀ ਇਹ ਵੀ ਦਿਖ ਜਾਣਗੇ ਉੱਡਦੇ ਹੋਏ। ਕਈ ਲੋਕ ਇੱਥੇ ਸੀਜ਼ਨ ਥੋੜ੍ਹਾ ਉਹ ਸੀਗਾ ਠੰਡਲਾ, ਤਾਂ ਕਰਕੇ ਲੋਕ ਘੱਟ ਦਿਖਾਈ ਦਿੰਦੇ ਨੇ, ਗਰਮੀਆਂ 'ਚ ਕਾਫ਼ੀ ਜ਼ਿਆਦਾ ਮਾਹੌਲ ਇੱਥੇ ਬਣਿਆ ਹੁੰਦਾ। ਅਤੇ ਹੁਣ ਆਪਾਂ ਇੱਥੋਂ ਜਾਂਦੇ ਹਾਂ ਅੱਗੇ ਸੈਂਟਰ ਆਈਲੈਂਡ, ਸਰਦੀਆਂ 'ਚ ਇਹ ਬੰਦ ਕਰ ਦਿੰਦੇ ਨੇ, ਮਤਲਬ ਕਿ ਇਹ ਫਿਰ ਸਰਦੀਆਂ 'ਚ ਲਗਭਗ ਜਾਂ ਵਾਟਸ ਆਈਲੈਂਡ ਨੂੰ ਹੀ ਜ਼ਿਆਦਾ ਸ਼ਿਪਸ ਭੇਜਦੇ ਨੇ। ਅਤੇ ਸੈਂਟਰ ਆਈਲੈਂਡ ਮੇਨ ਆਈਲੈਂਡ ਹੈ ਜਿਹੜਾ ਇੱਥੋਂ ਦਾ, ਆਈਲੈਂਡ ਟਰਾਂਟੋ ਆਈਲੈਂਡ ਜਿਹਨੂੰ ਕਹਿੰਦੇ ਨੇ। ਅਤੇ ਇੱਥੇ 3 ਆਈਲੈਂਡ ਨੇ ਟੋਟਲ, 3 ਜਾਂ 4 ਆਈਲੈਂਡ ਨੇ, ਇਕੱਠੇ ਆਪਸ 'ਚ ਜੁੜੇ ਹੋਏ ਨੇ, ਐਵੇਂ ਅਲੱਗ ਅਲੱਗ ਨਹੀਂ ਹੈਗੇ, ਆਪਸ 'ਚ ਇੱਕ ਦੂਜੇ ਨਾਲ ਜੁੜੇ ਹੋਏ ਨੇ। ਅਤੇ ਆ ਵੇ ਟੂ ਸੈਂਟਰ ਆਈਲੈਂਡ, ਆਪਾਂ ਸੈਂਟਰ ਆਈਲੈਂਡ ਦੇ ਵਿੱਚ ਹੀ ਹੁਣ ਪਹੁੰਚ ਗਏ ਹਾਂ, ਉੱਧਰੋਂ ਘੁੰਮਦੇ ਹੋਏ, ਤਾਂ ਦੇਖੋ ਕਿੰਨਾ ਜ਼ਿਆਦਾ ਵਧੀਆ ਵਿਊ ਹੈ, ਕਿੰਨੇ ਜ਼ਿਆਦਾ ਆਹ ਥੱਲੇ ਪੱਤੇ ਡਿੱਗੇ ਹੋਏ ਨੇ, ਬੱਚੜ ਦਾ ਮੌਸਮ ਸੀਗਾ ਅਤੇ ਸਰਦੀਆਂ ਮਤਲਬ ਕਿ ਸਟਾਰਟ ਹੋ ਚੁੱਕੀਆਂ ਨੇ ਬਿਲਕੁਲ, ਅਤੇ ਇਸ ਤੋਂ ਬਾਅਦ ਸਾਰੇ ਪੱਤੇ ਝੜ ਜਾਣਗੇ ਅਤੇ ਸਨੋਅ ਪਏਗੀ, ਫਿਰ ਠੰਡ ਕਾਫ਼ੀ ਜ਼ਿਆਦਾ ਵੱਧ ਜਾਏਗੀ। ਅਤੇ ਉਹ ਸਾਹਮਣੇ ਦੇਖੋ ਪੁੱਲ ਬਣਿਆ ਹੋਇਆ ਹੈ, ਇਹ ਵੀ ਕਾਫ਼ੀ ਸੋਹਣਾ ਹੈ, ਇੱਥੋਂ ਥੱਲਿਓਂ ਪਾਣੀ ਲੰਘਦਾ, ਅਤੇ ਇਹ ਪੁੱਲ ਬਣਿਆ ਹੋਇਆ, ਇੱਥੇ ਇੱਕ ਗਮਲੇ ਰੱਖੇ ਹੋਏ ਨੇ ਅਤੇ ਇਹਨਾਂ 'ਚ ਵੀ ਪੌਦੇ ਵਗੈਰਾ ਲਾ ਦਿੰਦੇ ਨੇ ਜਾਂ ਲੱਗੇ ਵੀ ਹੋਣਗੇ, ਇਹ 'ਚ ਦੇਖਦੇ ਹਾਂ। ਅਤੇ ਇੱਥੇ ਆਲੇ ਦੁਆਲੇ ਰੁੱਖ ਇੰਨੇ ਵਧੀਆ ਲੱਗੇ ਹੋਏ ਨੇ ਨਾ, ਇੱਕਦਮ ਮੈਂ ਵਿਊ ਆਉਂਦਾ ਵੀ ਕਾਫ਼ੀ ਜ਼ਿਆਦਾ ਸੋਹਣਾ ਆਈਲੈਂਡ ਬਣਿਆ ਹੋਇਆ, ਕਿ ਲੋਕ ਇੱਥੇ ਆ ਕੇ ਕੁਆਲਿਟੀ ਟਾਈਮ ਸਪੈਂਡ ਕਰ ਸਕਦੇ ਨੇ, ਕਿ ਪਿਕਨਿਕ ਮਨਾ ਸਕਦੇ ਨੇ ਜਾਂ ਹੋਰ ਘੁੰਮਣ ਲਈ ਆ ਸਕਦੇ ਨੇ। ਬਹੁਤ ਸੋਹਣਾ ਆਈਲੈਂਡ, ਬਹੁਤ ਜ਼ਿਆਦਾ ਸੋਹਣਾ ਆਈਲੈਂਡ, ਬਿਲਕੁਲ ਸ਼ਾਂਤੀ ਹੁੰਦੀ ਹੈ, ਵਧੀਆ ਇਸ ਟਾਈਮ ਆਏ ਅਸੀਂ, ਨਹੀਂ ਤਾਂ ਇੱਥੇ ਲੋਕ ਵਗੈਰਾ ਹੋਣੇ ਸੀ ਅਤੇ ਥੋੜ੍ਹਾ ਜਿਹਾ ਦ੍ਰਿਸ਼ ਨਹੀਂ ਦੇਖ ਪਾਉਣੇ ਸੀ ਸਾਰੇ। ਸੋ ਦੇਖੋ ਅਲੱਗ ਅਲੱਗ ਇੱਥੇ ਪੁਆਇੰਟਸ ਦਿੱਤੇ ਨੇ, ਕਿਹੜਾ ਕੀ ਇੱਧਰ, ਜਿਵੇਂ ਰੈਂਟਲ ਬੀਚ ਵਾਲਾ ਸੀ ਇੱਧਰ ਸਾਹਮਣੇ, ਆਪਾਂ ਉੱਥੋਂ ਆਏ ਹਾਂ, ਅਤੇ ਹੁਣ ਇਹ ਨਾਲ ਇੱਥੇ ਛੋਟੀ ਝੀਲ ਜੇ ਵਾਂਗ ਸਮੁੰਦਰ ਜਿਹਾ ਵਿੱਚੋਂ ਲੰਘਦਾ, ਅਤੇ ਇਸ ਤੋਂ ਬਾਅਦ ਪੁੱਲ 'ਤੇ ਵੀ ਜਾ ਕੇ ਦੇਖਾਂਗੇ ਕਿੱਦਾਂ ਦਾ ਰਹਿੰਦਾ। ਅਤੇ ਜਿਹੜੇ ਮੋਰਨਿੰਗ ਵਾਲ ਮੇਨਟੇਨਡ ਬਾਏ ਦਾ ਟੋਰਾਂਟੋ ਆਇਰਨ ਮੈਰਿਨ, ਸਾਹਮਣੇ ਉੱਥੇ ਵੀ ਇੱਕ ਜਗ੍ਹਾ ਬਣੀ, ਉੱਥੇ ਵੀ ਬੈਠ ਸਕਦੇ ਹਾਂ ਆਪਾਂ, ਉੱਥੇ ਬੈਠ ਕੇ ਆਪਾਂ ਆਨੰਦ ਲੈ ਸਕਦੇ ਹਾਂ ਸਮੁੰਦਰ ਦਾ। ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਇੱਥੇ ਪੁੱਲ 'ਤੇ, ਅਤੇ ਪੁੱਲ 'ਤੇ ਜਾ ਕੇ ਵੀ ਕਾਫ਼ੀ ਵਧੀਆ ਵਿਊ ਦੇਖਣ ਨੂੰ ਮਿਲਦਾ, ਸਾਹਮਣੇ ਸਮੁੰਦਰ ਹੁੰਦਾ ਛੋਟੇ ਜਿਹੇ ਵਿੱਚੋਂ ਦੀ ਲੰਘਦਾ, ਪੇੜ ਪੌਦੇ ਅਲੱਗ ਅਲੱਗ ਰੰਗਾਂ ਦੇ, ਲਾਲ ਪੀਲੇ ਹਰੇ ਅਲੱਗ ਅਲੱਗ, ਤਾਂ ਕਾਫ਼ੀ ਜ਼ਿਆਦਾ ਜਿਹੜਾ ਆਪਾਂ ਨੂੰ ਜਿਹੜਾ ਦਿਲ ਖਿੱਚਵਾਂ ਲੁਭਾਵਣਾ ਦ੍ਰਿਸ਼ ਹੁੰਦਾ। ਅਤੇ ਇਸ 'ਤੇ ਕਾਫ਼ੀ ਟਾਈਮ ਅਸੀਂ ਸਪੈਂਡ ਕੀਤਾ, ਫੋਟੋ ਵਗੈਰਾ ਕਲਿੱਕ ਕੀਤੀਆਂ, ਵੀਡੀਓਜ਼ ਬਣਾਈਆਂ, ਸੋ ਇੱਕ ਤਰ੍ਹਾਂ ਦਾ ਪੂਰਾ ਫਿਰ ਵੀ ਸਿਆਣ ਵਾਂਗੂ ਸੀਗਾ ਇਹ ਸਾਰਾ ਕੁਛ। ਅਤੇ ਨੈਕਸਟ ਆਪਾਂ ਹੁਣ ਟਾਈਮ ਹੁੰਦਾ ਜਾਂਦਾ, ਦਿਨ ਢਲਦਾ ਜਾਂਦਾ, ਸੂਰਜ ਡੁੱਬਦਾ ਜਾਂਦਾ, ਅਤੇ ਥੋੜ੍ਹੀ ਦੇਰ 'ਚ ਆਪਾਂ ਮੁੜਦੇ ਹਾਂ ਵਾਪਸ, ਮੁੜਦੇ ਹੋਏ ਆਪਾਂ ਦਿਖਾਵਾਂਗੇ ਜੋ ਜੋ ਚੀਜ਼ਾਂ ਹੋਰ ਸੀਗੀਆਂ, ਕਿਉਂਕਿ ਕਾਫ਼ੀ ਆਈਲੈਂਡ ਕਾਫ਼ੀ ਜ਼ਿਆਦਾ ਵੱਡਾ ਹੈ, ਆਪਾਂ ਤੁਸੀਂ ਸੋਚ ਵੀ ਨਹੀਂ ਸਕਦੇ ਹੈਗੇ ਵੀ ਕਾਫ਼ੀ ਜ਼ਿਆਦਾ ਵੱਡਾ, ਆਪਾਂ ਤੁਰ ਕੇ ਤਾਂ ਇਹ ਪੂਰਾ ਕਰ ਨਹੀਂ ਸਕਦੇ ਇੱਕ ਦਿਨ 'ਚ, ਸਾਈਕਲ ਵਗੈਰਾ ਹੋਵੇ ਤਾਂ ਆਪਾਂ ਜ਼ਰੂਰ ਆਪਾਂ ਸਾਰਾ ਗਾ ਸਕਦੇ ਹਾਂ, ਸੋ ਜੇ ਤੁਰ ਕੇ ਜਾਣਾ ਫਿਰ ਮੁਸ਼ਕਿਲ ਹੁੰਦਾ, ਨਹੀਂ ਤਾਂ ਹੋਰ ਵੀ ਕਾਫ਼ੀ ਜ਼ਿਆਦਾ ਹੋਰ ਚੀਜ਼ਾਂ ਸੀਗੀਆਂ ਜਿਹੜੀਆਂ ਕਿ ਦਿਖਾਈਆਂ ਜਾ ਸਕਦੀਆਂ ਸੀਗੀਆਂ, ਜਾ ਅਤੇ ਅਸੀਂ ਜਾ ਸਕਦੇ ਪਰ ਅਸੀਂ ਜਾ ਨਹੀਂ ਸਕੇ ਹੈਗੇ। ਅਤੇ
ਤੇ ਨਾਲ ਇਹ ਦੇਖ ਲਓ ਸਵਿਮ ਕਰਨਗੇ ਇਹ। ਪੰਛੀ ਵਗੈਰਾ ਇੱਥੇ ਕਾਫੀ ਨੇ ਤੇ ਜਾਨਵਰ ਵਗੈਰਾ ਹੋ ਗਏ, ਥੋੜ੍ਹਾ ਨੇਚਰ ਨੂੰ ਪ੍ਰਿਜ਼ਰਵ ਕਰਕੇ ਰੱਖਿਆ ਹੋਇਆ ਇੱਥੇ। ਸੋ ਹਰੇਕ ਚੀਜ਼ ਇੱਥੇ ਕੇਅਰ ਕੀਤੀ ਜਾਂਦੀ ਹੈ। ਸੋ ਹੁਣ ਆਪਾਂ ਹੁਣ ਵਾਪਸੀ ਜਾਂਦੇ ਟਾਈਮ ਦੇਖਦੇ ਹਾਂ ਕਿ ਹੋਰ ਰਸਤੇ 'ਚ ਆਪਾਂ ਨੂੰ ਮਿਲਦਾ। ਸਾਹਮਣੇ ਸੋਹਣਾ ਇਹ ਘਰ ਸੀਗਾ, ਇਹ ਕਾਫੀ ਸੋਹਣਾ ਸੀਗਾ, ਦੇਖਣ ਨੂੰ ਬਹੁਤ ਘੈਂਟ ਲੱਗ ਰਿਹਾ ਸੀਗਾ। ਅਤੇ ਪੱਤੇ ਰਸਤੇ 'ਚ ਡਿੱਗੇ ਹੋਏ ਸੀਗੇ ਅਤੇ ਉਹਨਾਂ 'ਤੇ ਚੱਲਣ ਦਾ ਅਲੱਗ ਹੀ ਮਜ਼ਾ ਹੈ। ਐਵੇਂ ਛੋਟੇ ਛੋਟੇ ਇੱਥੇ ਪੁਲੀਆਂ ਬਣੀਆਂ ਹੋਈਆਂ ਨੇ ਜਿਹੜੀਆਂ ਕਿ ਕਿਸੇ ਕਿਸੇ ਘਰ ਨੂੰ ਜਾਂਦੀਆਂ ਜਾਂ ਕੋਈ ਹੋਰ ਇੱਥੇ ਜਿਹੜਾ ਹੈਗਾ ਬੋਟਿੰਗ ਵਗੈਰਾ ਨੂੰ ਜਾਂਦੀਆਂ। ਹੁਣ ਵਾਟਸ ਆਈਲੈਂਡ ਇੱਥੋਂ 1 ਕਿਲੋਮੀਟਰ ਰਹਿ ਗਿਆ। ਸੋ ਆਪਾਂ ਬਸ ਪਹੁੰਚਣੀ ਆ ਵਾਟਸ ਆਈਲੈਂਡ 'ਤੇ। ਇੱਧਰ ਹੈਂਟਨ ਪੁਆਇੰਟਸ ਰੌਕ ਸੀਗਾ, ਉਹ 4 ਕਿਲੋਮੀਟਰ ਇੱਧਰ ਬੈਕ ਸਾਈਡ 'ਤੇ ਇੱਧਰੋਂ ਅਸੀਂ ਆਏ ਹਾਂ। ਅਤੇ ਵਾਸ਼ਰੂਮ ਵਗੈਰਾ ਇੱਥੇ ਬਣੇ ਹੋਏ ਨੇ ਪਰ ਜ਼ਿਆਦਾ ਨੇੜੇ ਨੇੜੇ ਨਹੀਂ ਬਣੇ ਹੈਗੇ, ਕਾਫੀ ਥੋੜ੍ਹੀ ਦੂਰੀ 'ਤੇ ਬਣੇ ਹੋਏ ਨੇ ਵਾਸ਼ਰੂਮ ਜਿਹੜੇ ਨੇ। ਅਤੇ ਸੀਜ਼ਨ ਦੇ ਟਾਈਮ ਜ਼ਿਆਦਾਤਰ ਖੁੱਲ੍ਹ ਕੇ ਰੱਖਦੇ ਨੇ, ਉਂਝ ਤਾਂ ਇਹ ਬੰਦ ਹੀ ਰੱਖਦੇ ਨੇ। ਅਤੇ ਹੁਣ ਆਪਾਂ ਜਾਂਦੇ ਹਾਂ ਵਾਪਸ ਨੂੰ ਵਾਟਸ ਆਈਲੈਂਡ ਤੋਂ ਸੈਂਟਰ ਆ ਜਿਹੜਾ ਵਾਟਸ ਆਈਲੈਂਡ ਆਪਾਂ ਪਹੁੰਚ ਗਏ ਹਾਂ। ਅਤੇ ਇੱਥੋਂ ਵਿੱਚ ਵਿੱਚ ਵਿਊ ਆਉਂਦਾ ਰਹਿੰਦਾ ਸ਼ਹਿਰ ਦਾ, ਸਾਹਮਣੇ ਹੀ ਸੀਗਾ ਟੋਰਾਂਟੋ ਸ਼ਹਿਰ, ਇੱਥੋਂ ਦੇਖਣ ਨੂੰ ਕਾਫੀ ਜ਼ਿਆਦਾ ਸੰਭਾਵਨਾ ਲੱਗ ਰਿਹਾ ਸੀਗਾ। ਅਤੇ ਥੱਲੇ ਰੋਜਰ ਸੈਂਟਰ ਵੀ ਨਾਲ, ਅਤੇ ਇੱਥੋਂ ਦੇਖਣ ਨੂੰ ਕਾਫੀ ਘੈਂਟ ਲੱਗ ਰਿਹਾ ਸੀ। ਅਤੇ ਨਾਲ ਹੀ ਜਿੱਥੇ ਬੋਟਸ ਵਗੈਰਾ ਖੜ੍ਹਦੀਆਂ, ਅਤੇ ਇੱਥੇ ਨਾਲ ਨਾਲ ਮੈਂ ਚੱਲ ਕੇ ਦੇਖਣ ਗਿਆ ਵੀ ਕਿੱਦਾਂ ਦਾ ਲੱਗਦਾ ਇਹ। ਲੱਕੜ ਦਾ ਇਹਨਾਂ ਨੇ ਬਣਾਇਆ ਹੁੰਦਾ ਜਿੱਥੇ ਇੰਸਟਾਲ ਕਰਦੇ ਨੇ, ਇਹ ਲੋਕਾਂ ਦੇ ਘਰ ਨੇ ਅਤੇ ਬਾਹਰ ਇਹ ਚਿੱਠੀ ਪੱਤਰ ਵਾਸਤੇ ਹੁੰਦਾ। ਲੋਕ ਜ਼ਿਆਦਾਤਰ ਇੱਥੇ ਰਹਿੰਦੇ ਨੇ, ਕੁਛ ਘਰ ਸੁਨਸਾਨ ਪਏ ਨੇ ਜਾਂ ਫਿਰ ਰੈਂਟ ਵਾਸਤੇ ਰੱਖੇ ਹੋਏ ਨੇ ਵੀ ਜੇਕਰ ਕੋਈ ਰੈਂਟ 'ਤੇ ਲੈਣਾ ਚਾਹੁੰਦਾ ਤਾਂ ਰਹਿਣਾ ਚਾਹੁੰਦਾ ਤਾਂ ਸ਼ਾਇਦ ਇਹ ਉਹਨਾਂ ਵਾਸਤੇ ਨੇ। ਤਾਂ ਜ਼ਿਆਦਾਤਰ ਲੋਕ ਇੱਥੇ ਰਹਿੰਦੇ ਨੇ, ਸਵੇਰੇ ਆਪਦੇ ਕੰਮਾਂ 'ਤੇ ਨਿਕਲ ਜਾਂਦੇ ਨੇ ਸ਼ਹਿਰ ਨੂੰ ਅਤੇ ਸ਼ਾਮ ਨੂੰ ਆ ਜਾਂਦੇ ਨੇ। ਅਤੇ ਇੱਥੇ ਆਪਣਾ ਹੀ ਫਾਇਰ ਸਟੇਸ਼ਨ ਹੈ, ਕਈ ਚੀਜ਼ਾਂ ਇੱਥੇ ਅਵੇਲੇਬਲ ਹੈਗੀਆਂ ਪਰ ਕਈ ਨਹੀਂ ਹੈਗੀਆਂ। ਅਤੇ ਜਾਂਦੇ ਟਾਈਮ ਇਹ ਸ਼ਹਿਰ ਦਾ ਵਿਊ ਸੀਗਾ, ਬਹੁਤ ਸੋਹਣਾ ਲੱਗਦਾ। ਉੱਪਰੋਂ ਜਿਹੜਾ ਨਾਲ ਹੀ ਛੋਟਾ ਏਅਰਪੋਰਟ ਬਣਿਆ ਹੋਇਆ ਤਾਂ ਉੱਥੇ ਜਹਾਜ਼ ਲੈਂਡ ਹੁੰਦੇ ਰਹਿੰਦੇ ਨੇ, ਲਗਭਗ 2 ਜਾਂ 4 ਮਿੰਟ ਬਾਅਦ ਕੋਈ ਨਾ ਕੋਈ ਜਹਾਜ਼ ਉੱਥੇ ਲੈਂਡ ਕਰਦਾ। ਸੋ ਇਹ ਦੇਖਣ ਨੂੰ ਕਾਫੀ ਜ਼ਿਆਦਾ ਸੋਹਣਾ ਲੱਗਦਾ। ਅਤੇ ਜਿਹੜਾ ਸੀਜ਼ਨ ਟਾਵਰ ਹੈ ਉੱਥੇ ਜਿਹੜੀ ਲਾਈਟਿੰਗ ਹੁੰਦੀ ਹੈ ਉਹਦੀ ਬੜੀ ਦਿਲ ਖਿੱਚਵੀਂ ਹੁੰਦੀ ਹੈ। ਅਤੇ ਇਸ ਤੋਂ ਬਾਅਦ ਹੁਣ ਆਪਾਂ ਕਰਾਂਗੇ ਬੋਟ ਦੀ ਵੇਟ ਕਰ ਰਹੇ ਹਾਂ, ਹੁਣ ਬੋਟ 'ਤੇ ਆਪਾਂ ਚੜ੍ਹ ਕੇ ਅਤੇ ਫਿਰ ਵਾਪਸ ਚੱਲਦੇ ਹਾਂ। ਇੱਥੇ ਆਪਾਂ ਕਾਫੀ ਟਾਈਮ ਦਾ ਸਪੈਂਡ ਕੀਤਾ, ਰਾਤ ਹੋ ਗਈ ਹੈ, ਸਾਰੇ ਲੋਕ ਖੜ੍ਹੇ ਨੇ ਇੱਥੇ ਜਿੰਨੇ ਵੀ ਨੇ ਵਾਪਸ ਜਾਣ ਵਾਸਤੇ, ਆਪਣਾ ਟਾਈਮ ਸਪੈਂਡ ਕਰਕੇ ਗਏ ਨੇ ਵਧੀਆ। ਅਤੇ ਆਪਾਂ ਵੀ ਚੱਲਦੇ ਹਾਂ, ਹੁਣ ਆਪਾਂ ਚੜ੍ਹ ਗਏ ਸੀ ਬੋਟ 'ਤੇ ਅਤੇ ਹੌਲੀ ਹੌਲੀ ਆਪਾਂ ਹੁਣ ਸ਼ਹਿਰ ਨੂੰ ਜਾਂਦੇ ਹਾਂ ਟੋਰਾਂਟੋ ਨੂੰ। ਅਤੇ ਉਸ ਤੋਂ ਬਾਅਦ ਕਰਾਂਗੇ ਰੈਸਟ, ਕਾਫੀ ਟਾਈਮ ਆਪਾਂ ਇੱਥੇ ਸਪੈਂਡ ਕੀਤਾ ਕਿਉਂਕਿ ਤੁਰਨਾ ਕਾਫੀ ਜ਼ਿਆਦਾ ਪੈ ਗਿਆ ਸੀ ਇੱਥੇ, ਤੁਰਨਾ ਤਾਂ ਇੰਨਾ ਪਿਆ ਕੋਈ ਪੁੱਛੋ ਨਾ। ਇਹ ਜਾ ਰਿਹਾ ਉੱਪਰੋਂ ਦੀ ਜਹਾਜ਼ ਅਤੇ ਉਹਦੀ ਕੈਪਚਰ ਕਰ ਲਿਆ ਮੈਂ, ਬਾਕੀ ਮੇਰੇ ਨਾਲ ਪਿੱਛੇ ਹੋਰ ਵੀ ਖੜ੍ਹੇ ਸੀ, ਉਹਨਾਂ ਵਿਚਾਰਿਆਂ ਨੇ ਕੈਪਚਰ ਨਹੀਂ ਕਰ ਸਕੇ ਕਿਉਂਕਿ ਮੇਰਾ ਕੈਮਰਾ ਤਾਂ ਓਪਨ ਹੀ ਰਹਿੰਦਾ। ਉਹਨਾਂ ਵਿਚਾਰੇ ਜਿਹਨਾਂ ਨੂੰ ਓਪਨ ਕਰਨ ਲੱਗਣ ਲੱਗੇ ਜਹਾਜ਼ ਲੰਘ ਹੀ ਗਿਆ ਸੀਗਾ। ਅਤੇ ਹੁਣ ਆਪਾਂ ਚੱਲਦੇ ਹਾਂ, ਲੈਂਦੇ ਹਾਂ ਆਪਣੀ ਬੱਸ ਟਾਈਪ ਟ੍ਰੇਨ ਅਤੇ ਮਿਲਦੇ ਹਾਂ ਤੁਹਾਨੂੰ ਫਿਰ ਨੈਕਸਟ ਬਲੌਗ 'ਚ। ਆਪਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਅਤੇ ਧੰਨਵਾਦ ਤੁਹਾਡਾ, ਫਿਰ ਮਿਲਦੇ ਹਾਂ ਹੌਲੀ ਟ੍ਰੇਨ 'ਤੇ ਵੇਖਦੇ ਹਾਂ। ਵੈਸੇ ਮੈਂ ਖੜ੍ਹਾ ਕਰੋਸ ਕਰਨ ਵਾਸਤੇ ਹਾਂ, ਕਰੋਸ ਕਰਕੇ ਜਮ੍ਹਾਂ ਟ੍ਰੇਨ ਦੇ ਕੋਲ ਹੁੰਦੀ ਆਪਾਂ ਕਰੋਸ ਕਰ ਰਹੇ ਸੀਗੇ। ਚਲੋ ਚੰਗਾ ਜੀ, ਮਿਲਦੇ ਹਾਂ ਫਿਰ ਨੈਕਸਟ ਬਲੌਗ 'ਚ।